कर सी बेटा सच्ची गल ही ना भूआ भतीजी जी मकान जी मकान ढा के दोबारा बनाया कदों बनाया ताए बनाया करा गई पूरी हां जी हर चीज अपने लेवल प्रकार प्रकाश सिस्टम प्रकाश सिस्टम ना बने लकड़ सुगड़ जाती मौजूद हां जी पिंड बरियार जिला नारोवाल तहसील भी नारोवाल अजकल 1947 बटालवी साहब अपने अबाई घर अपने बुजुर्गां दे घर दा विजिट करन पाकिस्तान आए ने जी तो पहले तुसी चक्कर लाया 2004 दे विच ठीक है जी तकरीबन 16-17 साल बाद फिर मौका मिलिया जी तुहानू अपने बुजुर्गां दे घर देखण ਮੇਰੇ ਬਜ਼ੁਰਗ ਜਿਹੜੇ ਇਥੋਂ ਕੋਈ 3 ਮਹੀਨੇ ਬਾਅਦ ਗਏ ਨੇ ਪਾਰਟੀਸ਼ਨ ਤੋਂ ਬਾਅਦ 3 ਮਹੀਨੇ ਬਾਅਦ ਅੱਛਾ 3 ਮਹੀਨੇ ਬਾਅਦ ਗਏ ਪਿੰਡ ਵਾਲੇ ਨੇ ਉਹਨਾਂ ਦੀ ਹਿਫਾਜ਼ਤ ਕੀਤੀ ਫਿਰ ਉਹ ਮਿਲਟਰੀ ਆਈ ਤੇ ਮਿੱਟੀ ਲੈ ਕੇ ਸਹੀ ਸਲਾਮਤ ਕੋਈ ਨੁਕਸਾਨ ਨਹੀਂ ਹੋਇਆ ਤੇ ਇੱਥੋਂ ਜਾ ਕੇ ਫਤਿਹਗੜ੍ਹ ਜੂੜੀਆਂ ਬੈਠੇ ਨੇ ਫਤਿਹਗੜ੍ਹ ਜੂੜੀਆਂ ਦਾ ਫਿਰ ਪਿਆਮ ਕੀਤਾ ਬਟਾਲੇ ਨੂੰ ਤੇ ਬਸ ਇਸ ਵੇਲੇ ਬਟਾਲੇ ਦੇ ਆਸ਼ਰ ਕੀ ਆ ਜੀ ਕਾਂ ਰੋੜੇ ਦੀ ਹੱਟੀ ਕਿੱਥੇ ਹੁੰਦੀ ਬਾਬੇ ਕਾਂ ਰੋੜੇ ਦੀ ਬਾਬੇ ਦੀ ਹੱਟੀ ਕਿੱਥੇ ਹੁੰਦੀ ਉਹਨਾਂ ਦੀ ਕਾਂ ਰੋੜੇ ਦੀ ਹੱਟੀ ਆਹੋ ਆਜੋ ਪਿੰਡ
बैठे हो परले वेलू बाबा शंकर नहीं उनकी जगह इधर जगह हो ਉੱਥੇ ਬੈਠੇ ਹਾਂਜੀ ਉਹ ਜਗ੍ਹਾ ਹੋਈ ਨਾ ਉਹੀ ਉਹੀ ਇੱਥੇ ਇੱਕ ਬੋਰਡ ਦਾ ਦਰਖਤ ਹੈ ਇੱਥੇ ਜਿੱਥੇ ਉਹ ਬਣਿਆ ਹੁੰਦਾ ਸੀ ਥੜਾ ਜਿਹਾ ਬਣਿਆ ਹੁੰਦਾ ਸੀ ਮੈਂ ਉੱਥੋਂ ਉਤਰ ਕੇ ਉਦੋਂ ਉਤਰ ਕੇ ਉਦੋਂ ਤੁਸੀਂ ਆਏ ਹੋ ਨਾ ਉਦੋਂ ਇੱਥੇ ਬੋਰਡ ਜੀ ਅਸਲਾਮ ਅਲੈਕੁਮ ਆ ਦੇ ਵਿੱਚ ਆ ਨੇ विजिट कर रहे हैं हां जी तो इंशाल्लाह आधे घंटे तक यहां से निकलेंगे हां जी ये बाद बन गए हां ए घर इधर ऊपर है यार ये बहुत मसला बना हुआ बस इंशाल्लाह आएंगे जरूर हम ना आज की डेट में क्योंकि कल वापसी है सात बजे से भी इंशाल्लाह पहले आएंगे अभी पक्की ईंटा इंशाल्लाह एक घंटे तक पहुंच जाएंगे ठीक है मतलब 5:40 तक मुझे यार पता उस्मान भाई भी कॉल कर रहे हैं बड़ा वेट कर रहे हैं सर मैं पहले वीडियो बनानी है उधर चौधरी का घर ही उदो नहीं कच्चा ही द्वारा ही चार सौ जी जो मैं घरों निकलिया तो उन्हें चौधरी साहब ने कहा कोई ना बंदा आए इतो निकल बाहर निकल जाए ओके जगह चढ़ता पासा जी नहीं नहीं घर तो जी गली पार निकलती है ना सारा घर उत गांह जा गली है ना गली मुड़ी घर सीधी गली निकलती पै जाता वा दखण वाला पासा लहिंदा पासा मैं यानी के दखण पूरे वाला पच्चे वाला पासा पै गया लहिंदा जगह सारी इतने बाबा शंकर हूं जिन्हें बच्चे इतने रह पे नाम रखा गया घर उन्होंने घर से बरांडा सच्ची गल ही ना
ਭੂਆ ਤੇ ਭਤੀਜੀ ਜਿਹੜੀ ਉਹਦੀ ਰਹਿੰਦੀ ਸੀ ਵਿੱਚ ਮਕਾਨ ਜਿਹੜੀ ਸੀ ਵੰਡ ਕੀਤੀ ਪਿੱਛੇ ਕੋਠਰੀ ਸੀ ਸਾਹਿਬ ਮੈਂ ਮੇਰੀ ਮੈਮਰੀ ਠੀਕ ਆ ਦਰਵਾਜ਼ਾ ਉਹੀ ਆ ਮੇਰੇ ਕੋਲ ਉਹ ਦਰਵਾਜ਼ੇ ਢੇਡੇ ਹੋਏ ਮੇਰੇ ਕੋਲ ਉਹਦੀਆਂ ਮੈਂ ਬਣਾਈਆਂ ਵੀ ਉਦੋਂ ਸਕੈਚ ਬਣਾ ਕੇ ਲੈ ਗਿਆ ਕਰਾ ਗਈ ਪੂਰੀ ਹਾਂਜੀ ਹਰ ਚੀਜ਼ ਆਪਣੇ ਲੈਵਲ ਦੇ ਵਿੱਚ ਪ੍ਰਕਾਰ ਸਿਸਟਮ ਜਿਹੜਾ ਸੀ ਨਾ ਪ੍ਰਕਾਰ ਸਿਸਟਮ ਨਾਲ ਬਣਿਆ ਖਾਲੀ ਸੀ ਜਦੋਂ ਆਏ ਸੀ ਖਾਲੀ ਸੀ ਉਹ ਫਿਰ ਭਾਈ ਨੂੰ ਵੱਡੇ ਨੇ ਉਹਨਾਂ ਨੂੰ ਕਮਰਾ ਪਿੱਛੇ ਹਾਂਜੀ ਹਾਂਜੀ ਇੱਕ ਛੋਟਾ ਜਿਹਾ ਬਰਾਂਡਾ ਬਰਾਂਡੇ ਆ ਗਏ ਠੀਕ ਹੈ ਅਸੀਂ ਮੌਜੂਦ ਆ ਜੀ ਪਿੰਡ ਬਰਿਆਰ ਜ਼ਿਲ੍ਹਾ ਨਾਰੋਵਾਲ ਤੇ ਤਹਿਸੀਲ ਵੀ ਨਾਰੋਵਾਲ ਅੱਜ ਕੱਲ 1947 ਵੇਲੇ ਸਿਆਲਕੋਟ ਬਿਲਕੁਲ ਜੀ ਬਿਲਕੁਲ ਬਟਾਲਵੀ ਸਾਹਿਬ ਆਪਣੇ ਅਬਾਈ ਘਰ ਆਪਣੇ ਬਜ਼ੁਰਗਾਂ ਦੇ ਘਰ ਦਾ ਵਿਜ਼ਿਟ ਕਰਨ ਪਾਕਿਸਤਾਨ ਆਏ ਨੇ ਜੀ ਤੇ ਪਹਿਲੇ ਤੁਸੀਂ ਚੱਕਰ ਲਾਇਆ ਸੀ 2004 ਦੇ ਵਿੱਚ ਠੀਕ ਹੈ ਜੀ ਤਕਰੀਬਨ 16-17 ਸਾਲ ਬਾਅਦ ਫਿਰ ਮੌਕਾ ਮਿਲਿਆ ਜੀ ਤੁਹਾਨੂੰ ਆਪਣੇ ਬਜ਼ੁਰਗਾਂ ਦਾ ਘਰ ਦੇਖਣ ਤੇ ਤੁਹਾਡੇ ਮੁਤਾਬਕ ਅੱਜ 16-17 ਸਾਲਾਂ ਬਾਅਦ ਕੋਈ ਚੇਂਜਿੰਗ ਨਜ਼ਰ ਤੁਹਾਨੂੰ ਆਈ ਹੈ ਹਨਾ ਘਰ ਦੀ ਬਿਲਕੁਲ ਮੈਂ ਜਦੋਂ 2004 ਚ ਆਈ ਤੇ ਜਿਹੜੀ ਮੇਨ ਐਂਟਰੀ ਹੈ ਪਿੰਡ ਦੀ ਕਾਫੀ ਨਵੀਂ ਆਬਾਦੀ ਬਣ ਚੁੱਕੀ ਹੈ ਤੇ ਫਿਰ ਵੀ ਮੈਂ ਘਰ ਨੂੰ ਟਰੇਸ ਕਰ ਲਿਆ ਵਾ ਤੁਹਾਡੇ ਮਾਧਿਅਮ ਦੇ ਨਾਲ ਵੀ ਪਹਿਲਾਂ ਟਰੇਸ ਕੀਤਾ ਲੇਕਿਨ ਮੈਂ ਆਪਣੀ ਪਛਾਣ ਜਿਹੜੀ ਆਪ ਵੇਖ ਲਈ ਹੈ ਉਦੋਂ ਘਰ ਦੇ ਵਿੱਚ ਜਿਹੜੀਆਂ ਭੂਆ ਭਤੀਜੀ ਦੀ ਆ ਗਈ ਸਮੇਂ ਦੇ ਨਾਲ ਨਾਲ ਸ਼ਾਇਦ ਭਤੀਜੀ ਦੀ ਸ਼ਾਦੀ ਹੋ ਗਈ ਹੈ ਤੇ ਉਹ ਫਸਲ ਆਪ ਵਫਾਤ ਪਾ ਗਏ ਲਾਹੌਰ ਚਲੇ ਗਏ ਤੇ ਬੜੇ ਖੁਸ਼ ਹਾਂ ਜੀ ਮੈਂ ਆਪਣੇ ਬਜ਼ੁਰਗਾਂ ਦਾ ਘਰ ਵੇਖ ਕੇ ਤੇ ਇਸ ਵੇਲੇ ਕੋਈ ਰਿਹਾਇਸ਼ ਤੇ ਨਹੀਂ ਆ ਗਈ ਲੇਕਿਨ 47 ਬਿਫੋਰ ਯਾਨੀ ਕਿ ਪਾਰਟੀਸ਼ਨ 47 ਤੋਂ ਪਹਿਲਾਂ ਇੱਥੇ ਸਾਡੇ ਵੱਡੇ ਵਡੇਰੇ ਜੀ ਕਿਆਮ ਕੀਤਾ ਉਹਨਾਂ ਨੇ ਇੱਥੇ ਰਹੇ ਨੇ ਤੇ ਉਹ ਇਸਾ ਗਲੀਆਂ ਦੇ ਵਿੱਚ ਉਹ ਆਪਣੀਆਂ ਪੈੜਾਂ ਛੱਡ ਕੇ ਕਹਿੰਦੇ ਇੱਥੇ ਘੁੰਮਦੇ ਫਿਰਦੇ ਰਹੇ ਕਈ ਬਜ਼ੁਰਗਾਂ ਕੋਲ ਸੁਣਦੇ ਰਹੇ ਆਪਣੇ ਪਿਛੋਕੜ ਬਾਰੇ ਤੇ ਬੜੀ ਖਾਹਿਸ਼ ਸੀ ਕਿ ਆਪਣਾ ਪਿਛੋਕੜ ਸੰਭਾਲੀਏ ਤੇ ਅੱਜ ਤੁਹਾਡੇ ਗੁਰਸਾਦਰ ਕਬੋਹ ਸਾਹਿਬ ਖਾਦਮ ਹੁਸੈਨ ਸਾਹਿਬ ਤਮਾਮ ਪਿੰਡ ਵਾਸੀ ਜਿਹੜੇ ਨੇ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਆਪਣੇ ਘਰ ਦੇ ਵਿੱਚ ਖੜਾ ਔਰ ਮੈਂ ਉਹ ਫੀਲਿੰਗ ਕਰਨ ਡਿਆ ਕਿ ਮੈਂ ਜਦੋਂ ਮੇਰੇ ਬਜ਼ੁਰਗ ਇਸੇ ਤਰ੍ਹਾਂ ਇਹਨਾਂ ਪਿੰਡਾਂ ਦੇ ਵਿੱਚ ਵੀ ਚੱਲਦੇ ਹੋਣਗੇ ਘੁੰਮਦੇ ਫਿਰਦੇ ਹੋਣਗੇ ਤੇ ਕਿਆ ਬਾਤ ਹੈ 47 ਦਾ ਜਿਹੜਾ ਮੰਜ਼ਰ ਫਿਰ ਯਾਦ ਆ ਗਿਆ ਕਿਸ ਤਰ੍ਹਾਂ ਉਹ ਲੋਕ ਇੱਥੇ ਇਕੱਠੇ ਰਲ ਮਿਲ ਕੇ ਸਾਰੀਆਂ ਸਾਂਝਾਂ ਪਾਉਂਦੇ ਹੋਣਗੇ ਇੱਕ ਦੂਜੇ ਨਾਲ ਗਲਵੱਕੜੀਆਂ ਪਾਉਂਦੇ ਰਹੋਗੇ ਹੋਣਗੇ ਮੈਂ ਆਸ ਕਰਦਾ ਕਿ ਇਸ ਤਰ੍ਹਾਂ ਹੀ ਸਾਂਝਾ ਬਣੀਆਂ ਰਹਿਣ ਔਰ ਇਸ ਤਰ੍ਹਾਂ ਹੀ ਇਸ ਤਰ੍ਹਾਂ ਇੱਕ ਦੂਜੇ ਨੂੰ ਮਿਲਦੇ ਜੁਲਦੇ ਰਹੀਏ ਤੇ ਬੜੀ ਖੁਸ਼ੀ ਹੋਈ ਹੈ ਜੀ ਸਹੀ ਅੱਛਾ ਇਹ ਇੱਕ ਦਰਵਾਜ਼ਾ ਤੁਹਾਡੇ ਬਜ਼ੁਰਗਾਂ ਦਾ ਥਾਣਾ ਬਣਿਆ ਹੋਇਆ ਹੈ ਜੀ ਜੀ ਇਹ ਮੇਰੇ ਬਜ਼ੁਰਗ ਸਰਦਾਰ ਨੰਤਾ ਸਿੰਘ ਸਰਦਾਰ ਸੰਤਾ ਸਿੰਘ ਤੇ ਨੰਤਾ ਸਿੰਘ ਜਿਹੜਾ ਸੀ ਉਹਦੀ ਕੋਈ ਔਲਾਦ ਨਹੀਂ ਸੀ ਤੇ ਸੰਤਾ ਸਿੰਘ ਦੀ ਔਲਾਦ ਸੀ ਉਹਦੀ ਸੰਤਾ ਸਿੰਘ ਦੀ ਤਿੰਨ ਔਲਾਦਾਂ ਸੀ ਪੁੱਤਰ ਦੀ ਇੱਕ ਧੀ
ਉਹਨਾਂ ਦੇ ਵਿੱਚੋਂ ਇੱਕੋ ਹਯਾਤ ਹੈ ਛੋਟਾ ਪੁੱਤਰ ਕਰਨੈਲ ਸਿੰਘ ਤਾਕੀ ਮੇਰੇ ਵਾਲਾ ਸਰਦਾਰ ਸਾਧੂ ਸਿੰਘ ਜੀ ਉਹ ਵਫਾਤ ਪਾ ਕੇ ਤੁਹਾਨੂੰ ਪਤਾ ਹੀ 2 ਸਾਲ ਪਹਿਲਾਂ ਮੇਰੀ ਫੁੱਫੀ ਵੀ ਜਿਹੜੀ ਆ ਉਹ ਵੀ ਸਾਲ ਡੇਢ ਹੋਇਆ ਉਹ ਵੀ ਵਫਾਤ ਪਾ ਗਈ ਨੇ ਤੇ ਮੇਰੇ ਚਾਚਾ ਜੀ ਇੱਕੋ ਕਿਆਮ ਉਹਨਾਂ ਦੀ ਉਦੋਂ ਉਮਰ ਕੋਈ 2-2.5 ਮਹੀਨੇ ਸੀ ਜਦੋਂ ਇਹ ਪਾਰਟੀਸ਼ਨ ਹੋਈ ਆ ਮੇਰੇ ਬਜ਼ੁਰਗ ਜਿਹੜੇ ਇੱਥੋਂ ਕੋਈ 3 ਮਹੀਨੇ ਬਾਅਦ ਗਏ ਨੇ ਪਾਰਟੀਸ਼ਨ ਤੋਂ ਬਾਅਦ 3 ਮਹੀਨੇ ਬਾਅਦ ਇੱਥੋਂ ਗਏ ਅੱਛਾ 3 ਮਹੀਨੇ ਬਾਅਦ ਗਏ ਪਿੰਡ ਵਾਲਿਆਂ ਨੇ ਉਹਨਾਂ ਦੀ ਬੜੀ ਹਿਫਾਜ਼ਤ ਕੀਤੀ ਫਿਰ ਉਹ ਮਿਲਟਰੀ ਆਈ ਤੇ ਮਿੱਟੀ ਲੈ ਕੇ ਉਹ ਸਹੀ ਸਲਾਮਤ ਕੋਈ ਨੁਕਸਾਨ ਨਹੀਂ ਹੋਇਆ ਤੇ ਇੱਥੋਂ ਜਾ ਕੇ ਫਤਿਹਗੜ੍ਹ ਜੂੜੀਆਂ ਬੈਠੇ ਨੇ ਫਤਿਹਗੜ੍ਹ ਜੂੜੀਆਂ ਦਾ ਫਿਰ ਕਿਆਮ ਕੀਤਾ ਬਟਾਲੇ ਨੂੰ ਤੇ ਬਸ ਇਸ ਵੇਲੇ ਬਟਾਲੇ ਦੇ ਆਸ਼ਰ ਕੀ ਹੈ ਜੀ ਸਹੀ ਹੈ ਜੀ ਵਾਜੀ ਅੱਛਾ ਇਹਦੇ ਉੱਪਰ ਜਿਹੜੀ ਜਾਲੀ ਲੱਗੀ ਆ ਵਾਲੀ ਇਹ ਵੀ ਪੁਰਾਣੀ ਹੈ ਜਾਂ ਬਾਅਦ ਵਿੱਚ ਦਰਵਾਜ਼ਾ ਹੀ ਆ ਜਾ ਕੇ ਜੀ ਪੁਰਾਣੇ ਘਰ ਜਦੋਂ ਮੈਂ ਆਇਆ ਸੀ ਉਦੋਂ ਇੱਥੇ ਇੱਕ ਕਮਰਾ ਅੱਗੇ ਸੀਗਾ ਇੱਕ ਛੋਟਾ ਜਿਹਾ ਬਰਾਂਡਾ ਅਗਲੇ ਪਾਸੇ ਸੀਗਾ ਬਸ 2-2.5 ਮਰਲੇ ਜਗ੍ਹਾ 2-2.5 ਮਰਲੇ ਜਗ੍ਹਾ ਠੀਕ ਹੋ ਬਾਕੀ ਜਿਹੜੇ ਮਕਾਨ ਸੀ ਸਿੱਖ ਦਾਰਾਂ ਦੇ ਨਾਲ ਨਾਲ ਹੀ ਸਾਰੇ ਉਹ ਕੁਛ ਤਾਂ ਤੁਹਾਡੇ ਜਿਹੜੇ ਲੱਗਦੇ ਨੇ ਗਾਂ ਉਸ ਤੱਕ ਬਜ਼ੁਰਗਾਂ ਨੂੰ ਸ਼ੌਕ ਹੁੰਦਾ ਸੀ ਚਿੱਤਰਕਾਰੀ ਦਾ ਝਰਨੇ ਹੋਣੇ ਉੱਤੇ ਜਿਹੜੀਆਂ ਸ਼ੈੱਡ ਪਾਏ ਹੋਏ ਨਕਾਸ਼ਾਕਾਰੀ ਜਿਹੜੀ ਹੁੰਦੀ ਉਹ ਬਸ ਲੱਕੜੀ ਦੀ ਹੁੰਦੀ ਸਾਡੇ ਦਾਦੇ ਦੇ ਦਰਵਾਜ਼ੇ ਬਣੇ ਸਾਡੇ ਘਰ ਲੱਗੇ ਬਣੇ ਪੁਰਾਣੇ ਹਾਈ ਸਟਾਈਲ ਹੋਈ ਹੁਣੇ ਆ ਗਿਆ ਨਵਾਂ ਯੁੱਗ ਪੁਰਾਣੇ ਸਟਾਈਲ ਲੋਕੀ ਮਿਹਨਤ ਕਰਦੇ ਸੀ ਬੜੀ ਮਿਹਨਤ ਕਰਦੇ ਬੜੀ ਮਿਹਨਤ ਕਰਦੇ ਪੁੱਤਰ ਦੇ ਨਾਲ ਆਏ ਹਾਂਜੀ ਸ਼ਰਮਾ ਦਾ ਘਰ ਸੀ ਬੜਕੇ ਸ਼ਾਹ ਦਾ ਅੱਗੇ ਇੱਥੇ ਹੁੰਦਾ ਸੀ ਕੋਈ ਦਰਖਤ ਦੱਸੋ ਚੁੱਪਾ ਬੋਲ ਨਹੀਂ ਇੱਥੇ ਕੋਈ ਇੱਥੇ ਕੋਈ ਚੁੱਪਾ ਉੱਥੇ ਹੁੰਦਾ ਉੱਥੜੀ ਦੇ ਬਾਹਰ ਉੱਥੇ ਦੁਕਾਨ ਸੀ ਉੱਥੇ ਦੁਕਾਨ ਸੀ ਸਾਡੀ ਦੁਕਾਨ ਕਿੱਥੇ ਸੀ ਮੈਂ ਕਹਿਣ ਡਿਆ ਨਾ ਤੁਹਾਨੂੰ ਉਹਨੇ ਮੇਰੇ ਬਜ਼ੁਰਗਾਂ ਨੇ ਕਿਹਾ ਸੀ ਵੀ ਦੱਖਣ ਪਾਈ ਤੇ ਲਹਿੰਦੀ ਪਾਈ ਤੁਹਾਡਾ ਤੇ ਚੜ੍ਹਦਾ ਪਾਸਾ ਹੋ ਗਿਆ ਨਾ ਦੱਖਣ ਪਾਸੇ ਦੁਕਾਨ ਉਹ ਵੀ ਇਹਨਾਂ ਦੀ ਬਰਾਜ ਦੇ ਘਰ ਉੱਥੇ ਮੈਂ ਕਹਿੰਦਾ ਉੱਥੇ ਤੁਹਾਨੂੰ ਦੱਖਣ ਉਹ ਤੁਸੀਂ ਕਹਿ ਰਹੇ ਹੋਰ ਨਹੀਂ ਦੁਕਾਨ ਸਾਡੀ ਸਾਡੀ ਮੇਰੇ ਬਜ਼ੁਰਗਾਂ ਦੇ ਸੀ ਵੀ ਦੱਖਣ ਪਾਈ ਤੇ ਲਹਿੰਦੀ ਪਾਈ ਜਿਹੜਾ ਹੈ ਨਾ ਗੁੱਟ ਤੇ ਦੱਖਣ ਦੀ ਲੈਂਦੇ ਸੀ ਮੈਂ ਘਰ ਦੀ ਜਿਹੜੀ ਗਲੀ ਮੈਂ ਤੇ ਤੁਹਾਨੂੰ ਪਛਾਣ ਲਿਆ ਮੇਰੀ ਤੇ ਨੈਟ ਤੇ ਗੱਲ ਵੀ ਮੇਰਾ ਆਈਡੀਆ ਵਾ ਕੀ ਮੇਰੇ ਬਜ਼ੁਰਗ ਕਹਿੰਦੇ ਸੀ ਕਿ ਜਦੋਂ ਗਲੀ ਘਰੋਂ ਨਿਕਲੀ ਰਹੀ ਨਾ ਤੇ ਗਲੀ ਸਿੱਧੀ ਪਾਰ ਨਿਕਲਦੀ ਦੂਜੇ ਵਾਲੇ ਪਾਸੇ ਬਿਲਕੁਲ ਪੱਕੀ ਪਾਈ ਹੋ ਗਿਆ ਤੇ ਇੱਥੇ ਰਹਿਣਾ ਇੱਥੇ ਕਰਕੇ ਦੁਕਾਨ ਹੈ ਉਹ ਤੈਨੂੰ ਬਖਾਨੇ ਦੁਕਾਨ ਚਲੋ ਆਓ ਜੀ ਆਖਣਿਆ ਬਾਬਾ ਉਹ ਤੈਨੂੰ ਬਖਾਨੇ ਦੁਕਾਨ ਬੋਲ ਕੇ ਸਰ ਵਾਲੇਕੁਮ ਸਲਾਮ ਸਮਝ ਆ ਗਿਆ
जो उथो आना साड़ी हवेली उथो लेंदे आना लेंदे दखन की कुट दुकान छे सौ घर सौ दुते हो हट्टी कित्थे होंदी बाबे कान रोड़े दी बाबे हट्टी कित्थे होंदी उहनां दी कान रोड़े दी हट्टी आहो जिथे सजदा दे नहीं था आहो उत्थे है आहो तां विखाने आ जी वेखो पता लग गया किन्नी उम्र हो गई बाबा जी नहीं कित्थे साहब घट है सखदी सोच मैं बड़ा वक्त वेख्या पहला को वेखे फिर नीर वेखे जम्मू दुकान साड़ी बोटा नहीं जाती बड़ी लेंदे जाती मुसलमान फेरा ना रखे किताब बनाओ फिर बनाओ बनाओ फिर आओ।